दूजी गल एक होर जिहड़ी खासियत ना मैं तुहानूं दसना चाहूँगा चरणजीत सिंह चन्नी जी की, तुहानूं पता होना कि विदेशों के जिहड़ी एक इंसान इंसान वर्गी मशीन बनाउण दी जिहड़ियां खोजां बड़े लंबे टाइम तो चल रही रोबोट बनाउण दी, चीन अमेरिका जापान वर्गे देश मतलब 50-60 सालों तो लगे पए ने रोबोट बनाउण दे लई, पर वह पूरी तरह हले कामयाब नहीं हो पाए। तो मैं कांग्रेस नूं बधाई देना चाहुंदा कि कांग्रेस ने एक इस तरह का रोबोट सिर्फ 30-40 मिनटां च बनाता जिहड़ा सारे काम जानदा चरणजीत सिंह चन्नी दे नाते, ते ओह रोबोट पंजाब दीआं सड़कां ते फिरदा, कदे रोड रूलर चलाउंदा, कदे ओह गोड़ाले नूं कहिंदा वी तूं सेका वध लाता। मेरे घर नूं देख के लगदा वी मैं किसे नूं करोड़ रुपया दे सकदा। पहलां साडे जिहड़े दादे सी ओह बादल साहब दे अगे हथ बन्न के खड़े रहिंदे सी बुत बन के, फिर साडे प्यो कांग्रेस जां सुखबीर बादल वर्गिआं दे अगे खड़े रहिंदे सी, ते हुण तीजा बादल जिहड़ा उहनूं तिआर आ, तुसीं फोटोआं सोशल मीडिया ते देख लईआं होणीआं कि जेकर तां चन्नी दे आउण दे नाल जां दलित मुख्यमंत्री बनण दे नाल तुहाडे घर दे विच रुजगार आ गिआ, तुहाडे घर दे विच दे हालात सुधर गए, तुहाडे बच्चिआं नूं चंगी पढ़ाई मिल रही आ, तुहाडे बच्चिआं नूं जां तुहानूं चंगीआं सिहत सहूलतां मिल रही आ, पंजाब दे विचों करप्शन खत्म हो गई, पंजाब दे विचों नशा खत्म हो गया, फिर तां सानूं इह चीकण दी लोड़ आ कि साडा मुख्यमंत्री लोकां दा चन्नी, दलितां दा चन्नी। जिहड़ा बंदे दे आ जिहड़े बंदे दा मुंडा करोड़ां रुपईआं दी गड्डी चलाउंदा ਉਹਦੇ ਕੋਲ ਦਲਿਤ ਦਾ ਸਰਟੀਫਿਕੇਟ ਤਾਂ ਹੋ ਸਕਦਾ ਪਰ ਉਹ ਕਦੇ ਦਲਿਤ ਨਹੀਂ ਹੋ ਸਕਦਾ ਜੀ। ਵੀਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਗੁਰਪ੍ਰੀਤ ਸਵਾਗਤ ਕਰਦਾ ਤੁਹਾਡਾ ਆਪਣੀ ਅੱਜ ਇਸ ਵੀਡੀਓ ਦੇ ਵਿੱਚ। ਅੱਜ ਦੀ ਵੀਡੀਓ ਜਿਹੜੀ ਆਪਾਂ ਬਣਾ ਰਹੇ ਹਾਂਗੇ ਉਹ ਬਣਾਉਣੀ ਹੈਗੀ ਸਾਡੇ ਇਲਾਕੇ ਦੇ ਵਿੱਚ ਚੋਣ ਲੜ ਰਹੇ MLA ਦੇ ਦਾਅਵੇਦਾਰ ਬਾਈ ਲਾਭ ਸਿੰਘ ਉਗੋਕੇ। ਪਰ ਬੈਕਗਰਾਊਂਡ ਦੇ ਵਿੱਚ ਤੁਸੀਂ ਸਾਰਾ ਕੁਛ ਵੇਖ ਕੇ ਅੰਦਾਜ਼ਾ ਇਹ ਲਗਾ ਰਹੇ ਹੋਵੋਗੇ ਕਿ ਮੈਂ ਕਿਸੇ ਗਰੀਬ ਕਾਮੇ ਦੇ ਘਰ ਖੜਾਂਗਾ। ਜਿੱਦਾਂ ਤੁਹਾਨੂੰ ਸਾਰਿਆਂ ਨੂੰ ਕੀ ਪਤਾ ਕਿ ਬਾਈ ਆਮ ਆਦਮੀ ਪਾਰਟੀ ਦੇ ਵੱਲੋਂ ਚੋਣਾਂ ਜਿਹੜੀ ਲੜ ਰਹੇ ਨੇਗੇ, ਅਤੇ ਆਮ ਆਦਮੀ ਪਾਰਟੀ ਹੈਗੀ ਜਿਹੜੀ ਆਪਾਂ ਕਹਿ ਦਈਏ ਇੱਕ ਆਮ ਆਦਮੀਆਂ ਦੀ ਪਾਰਟੀ ਆ ਇਹ, ਹੁਣ ਤੱਕ ਆਪਾਂ ਦੇਖਦੇ ਆ ਰਹੇ ਹਾਂ ਅਤੇ ਜਿੰਨੇ ਬਿਆਨਬਾਜ਼ੀ ਹੋ ਰਹੀ ਆ ਕਹਿਣਾ ਗਾ ਮਤਲਬ ਉਹ ਇਹੀ ਨਿਕਲ ਕੇ ਆਉਂਦਾ ਗਾ। ਸੋ ਬਾਕੀ ਗੱਲਾਂ ਨੇ ਜਿਹੜੀਆਂ ਆਪਾਂ ਬਾਈ ਦੇ ਨਾਲ ਬੈਠ ਕੇ ਕਰਦੇ ਹਾਂਗੇ, ਅਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਨਾਰਾ ਗਾ ਜਿਹੜਾ ਥਾਂ ਥਾਂ ਦੇ ਉੱਤੇ ਲੱਗਿਆ ਹੋਇਆ ਗਾ ਕਿ ਇੱਕ ਮੌਕਾ ਕੇਜਰੀਵਾਲ ਨੂੰ, ਕੀ ਮਤਲਬ ਸਮਝੀ ਆਪਾਂ ਇਹਦਾ? ਦੇਖੋ ਜੀ, ਪੂਰੇ ਪੰਜਾਬ ਦੇ ਵਿੱਚ ਜਿਹੜੇ ਫਲੈਕਸ ਲਗਾਏ ਗਏ ਨੇ, ਹੋਰਡਿੰਗ ਲਗਾਏ ਗਏ ਨੇ ਕਿ ਇੱਕ ਮੌਕਾ ਕੇਜਰੀਵਾਲ ਨੂੰ ਜੀ, ਉਹਦਾ ਕਾਰਨ ਕੀ ਹੈ ਕਿ ਇੱਕ ਦਿੱਲੀ ਦੇ ਵਿੱਚ ਅੱਜ ਤੀਜੀ ਵਾਰੀ ਉਹ ਮੁੱਖ ਮੰਤਰੀ ਨੇ, ਇੱਕ ਮਤਲਬ ਕਿ ਲੋਕਾਂ ਨੂੰ ਉਹ ਇਹ ਆਸ ਆ ਕਿ ਜਿਹੜੇ ਦਿੱਲੀ ਦੇ ਵਰਗੇ ਕੰਮ ਨੇ ਉਹ ਪੰਜਾਬ ਦੇ ਵਿੱਚ ਵੀ ਹੋਣਗੇ, ਕਿਉਂਕਿ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਆਮ ਲੋਕਾਂ ਦੀ ਸਰਕਾਰ ਹੈ, ਆਮ ਆਦਮੀ ਪਾਰਟੀ ਦੀ। ਸੋ ਇਸੇ ਕਰਕੇ ਇਹ ਕਿਹਾ ਗਿਆ ਕਿ ਇੱਕ ਮੌਕਾ ਕੇਜਰੀਵਾਲ ਨੂੰ, ਕਿਉਂਕਿ ਉਹ ਸਾਡੇ ਕੌਮੀ ਕਨਵੀਨਰ ਵੀ ਨੇ ਆਮ ਆਦਮੀ ਪਾਰਟੀ ਦੇ। ਸੋ ਇਸੇ ਕਰਕੇ ਇਹ ਜਿਹੜਾ ਇੱਕ ਮੌਕਾ ਕੇਜਰੀਵਾਲ ਨੂੰ। ਜਿੱਦਾਂ ਤੁਸੀਂ ਗੱਲ ਕਹੀ ਕਿ ਦਿੱਲੀ ਦੇ ਵਿੱਚ ਇਹਦੇ ਕੰਮ ਹੋਏ ਨੇਗੇ, ਆਪਾਂ ਫੋਰ ਐਗਜ਼ਾਮਪਲ ਜੇ ਗੱਲ ਕਰੀਏ ਵੀ ਕਿਹੜੇ ਕਿਹੜੇ ਕੰਮ? ਦੇਖੋ ਜੀ, ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਤਾਂ 20,000 ਲੀਟਰ ਪਾਣੀ ਫ੍ਰੀ ਆ ਅੱਜ ਦਿੱਲੀ ਦੀ ਜਨਤਾ ਨੂੰ ਜਿਹੜੀ ਗਰੀਬ ਬਸਤੀਆਂ ਦੇ ਵਿੱਚ ਹੈ। ਉਸ ਤੋਂ ਬਾਅਦ ਬਿਜਲੀ ਦੇ ਜਿਹੜੇ ਬਿੱਲ ਨੇ, 75% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਨੇ ਜੀ। ਉਸ ਤੋਂ ਬਾਅਦ ਜੇ ਅਸੀਂ ਸਿੱਖਿਆ ਦੀ ਗੱਲ ਕਰੀਏ ਤਾਂ ਸਰਕਾਰੀ ਸਕੂਲਾਂ ਨੂੰ ਇੰਨਾ ਅਪਗ੍ਰੇਡ ਕੀਤਾ ਗਿਆ ਕਿ ਲੋਕ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਆਪਣੇ ਬੱਚੇ ਹਟਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਲਾ ਰਹੇ ਨੇ। ਇੱਕ ਆਫੀਸਰ ਦਾ ਬੱਚਾ, ਇੱਕ ਜਿਹੜਾ ਹੈਗਾ ਮਜ਼ਦੂਰ ਦਾ ਬੱਚਾ, ਇੱਕ ਸੇਮ ਸਹੂਲਤਾਂ ਵਾਲੇ ਸਕੂਲ ਦੇ ਵਿੱਚ ਪੜ੍ਹਦੇ ਨੇ। ਖੇਡਣ ਲਈ ਗਰਾਊਂਡ ਨੇ, ਚੰਗੀਆਂ ਲੈਬਾਂ ਨੇ, ਚੰਗੇ ਲੈਪਟਾਪ ਨੇ, ਕੰਪਿਊਟਰਸ ਨੇ, AC ਤੱਕ ਕਰ ਦਿੱਤਾ ਗਿਆ, ਲਾਇਬ੍ਰੇਰੀਜ਼ ਨੇ। ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਆਪਣੇ ਸਿਹਤ ਦੀ, ਤਾਂ ਉੱਥੋਂ ਦੇ ਹੌਸਪੀਟਲਾਂ ਦੇ ਵਿੱਚ ਆ ਜਿਹੜਾ ਲੱਖਾਂ ਰੁਪਈਆਂ ਦਾ ਇਲਾਜ ਆ ਜਿਹੜਾ ਉਹ ਵੀ ਫ੍ਰੀ ਹੈ। ਅਤੇ ਉੱਥੋਂ ਦੇ ਲੋਕਾਂ ਨੂੰ ਜਿਵੇਂ ਆਪਣੇ, ਜੇ ਮੈਂ ਇੱਕ ਛੋਟੀ ਜਿਹੀ ਹੁਣ ਗੱਲ ਆਪਣੀ ਆ ਗਈ ਸਿਹਤ ਦੀ, ਮੈਂ ਸਿਹਤ ਦੀ ਗੱਲ ਕਰਾਂ ਤਾਂ 5 ਕੁ ਦਿਨ ਪਹਿਲਾਂ ਮੇਰੇ ਪਿੰਡ ਇੱਕ ਐਕਸੀਡੈਂਟ ਹੋਇਆ ਜੀ। ਜੀ, ਉਸ ਮੁੰਡੇ ਨੂੰ ਅਸੀਂ ਆਪਣੀ ਗੱਡੀ ਦੇ ਵਿੱਚ ਚੱਕ ਕੇ ਲੈ ਕੇ ਗਏ, 2 ਮੁੰਡੇ ਸੀ, ਇੱਕ ਦੀ ਮੌਤ ਹੋ ਗਈ, ਦੋਨਾਂ ਨੂੰ ਅਸੀਂ ਚੱਕ ਕੇ ਲੈ ਕੇ ਗਏ। ਤਪੇ ਹੌਸਪੀਟਲ ਦੇ ਵਿੱਚ ਐਂਟਰ ਹੋਣ ਤੋਂ ਪਹਿਲਾਂ ਮੂਹਰਲੀ ਸੀਟ 'ਤੇ ਬੰਦਾ ਜਿਹੜਾ ਉਹ ਵੀ ਲਹੂ ਨਾਲ ਲੱਤ ਪੱਤ ਹੈ, ਜਿਹੜਾ ਸਾਡਾ ਬੈਕ ਸੀਟ 'ਤੇ ਪਾਇਆ ਉਹ ਵੀ ਲਹੂ ਨਾਲ ਲੱਤ ਪੱਤ ਹੈ। ਅਤੇ ਐਂਟਰ ਹੋਣ ਤੋਂ ਪਹਿਲਾਂ ਗੱਡੀ ਦੀ ਪਰਚੀ ਕੱਟੀ ਗਈ ਆ ਕਿ ਤੁਸੀਂ ਗੱਡੀ ਪਾਰਕਿੰਗ ਦੀ ਪਰਚੀ, ਬੰਦਾ ਮਰਨ ਦੇ ਕਿਨਾਰੇ ਆ ਅਤੇ ਪਾਰਕਿੰਗ ਦੀ ਪਰਚੀ, ਡਾਕਟਰ ਨੂੰ ਦਿਖਾਉਣ ਦੀ ਪਰਚੀ ਆ ਜਿਹੜੀ ਉਹ 10 ਰੁਪਈਏ ਆ, ਅਤੇ ਜਿਹੜੀ ਵਹੀਕਲ ਦੀ ਪਰਚੀ ਆ ਉਹ ਗੱਡੀ ਦੀ 40 ਰੁਪਈਏ ਆ,
ਅਤੇ ਜਿਹੜੀ ਮੋਟਰਸਾਈਕਲ ਦੀ ਉਹ 20 ਰੁਪਏ ਆ। ਸੋ ਦਿੱਲੀ ਦੇ ਹਸਪਤਾਲ ਦੇ ਵਿੱਚ ਪਰਚੀ ਵੀ ਨਹੀਂ ਲੱਗਦੀ ਜੀ। ਦਿੱਲੀ ਦੇ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਵਰਲਡ ਕਲਾਸ ਦੀਆਂ, ਉੱਥੋਂ ਦੇ ਰੋਡਸ ਦੇਖ ਲਓ, ਉੱਥੋਂ ਦੇ ਫਲਾਈਓਵਰਸ ਦੇਖ ਲਓ, ਉੱਥੋਂ ਦੇ ਤੁਸੀਂ ਮੈਟਰੋ ਦੇਖ ਲਓ, ਉੱਥੋਂ ਦੇ ਲੋਕਾਂ ਦੇ ਦੀ ਜ਼ਿੰਦਗੀ ਆ ਜਿਹੜੀ ਉਹ ਬਹੁਤ ਸੌਖੀ ਹੋਈ ਆ। ਇਸੇ ਕਰਕੇ ਇੱਕ ਮੌਕਾ ਕੇਜਰੀਵਾਲ ਨੂੰ ਤਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਅਤੇ ਪੰਜਾਬ ਦੇ ਜਿਹੜੇ ਲੋਕ ਨੇ ਇਹਨਾਂ ਰਵਾਇਤੀ ਪਾਰਟੀਆਂ ਤੋਂ ਜਿਹੜੇ ਲੁੱਟੇ ਵੀ ਗਏ ਨੇ ਅਤੇ ਕੁੱਟੇ ਵੀ ਗਏ ਨੇ, ਉਹਨਾਂ ਨੂੰ ਬਚਾਉਣ ਦੇ ਲਈ ਇਹ ਜਿਹੜਾ ਇੱਕ ਮੌਕਾ ਕੇਜਰੀਵਾਲ ਨੂੰ। ਅਤੇ ਜੇ ਆਪਾਂ ਦੇਖੀਏ ਵੀ ਇਹ ਜਿਹੜੇ ਫਲੈਕਸ ਨੇਗੇ ਹੁਣ ਮੌਜੂਦਾ ਸਰਕਾਰ ਦੇ ਵੱਲੋਂ ਵੀ ਲਗਾਏ ਜਾ ਰਹੇ ਨੇ ਕਿ ਮੁੱਖ ਮੰਤਰੀ ਚੰਨੀ ਹੈ ਜਿਹੜਾ ਉਹ ਮਸਲੇ ਹੱਲ ਕਰਦਾ ਗਾ, ਅਤੇ ਚਾਹੇ ਉਹ ਕਿਸਾਨੀ ਦੇ ਵੀ ਲਗਾ ਰਹੇ ਨੇਗੇ, ਆਪਣੇ ਸਿਹਤ ਵਾਲੇ ਵੀ ਲਗਾ ਰਹੇ ਨੇ, ਅਤੇ ਦੂਸਰਾ ਆਪਣਾ ਜਿਹੜਾ ਵੀ ਬਿਜਲੀ ਵਾਲਾ ਮੁੱਦਾ ਜਿਹੜਾ ਤੁਸੀਂ ਕਿਹਾ ਸੀ ਉਹਦੇ ਵੀ ਲਗਾ ਰਹੇ ਨੇਗੇ। ਇਹ ਸਾਰੇ ਜਿਹੜੇ ਏਜੰਡੇ ਨੇਗੇ ਇਹ ਅੱਜ ਦੀ ਗੌਰਮੈਂਟ ਵੀ ਕਹਿ ਰਹੀ ਹੈ ਕਿ ਅਸੀਂ ਹੱਲ ਕਰਦੇ। ਦੇਖੋ ਜੀ, ਚੰਨੀ ਸਾਹਿਬ ਜੀ ਦੀ ਤੁਹਾਨੂੰ ਮੈਂ ਗੱਲ ਦੱਸਣਾ ਚਾਹੁੰਦਾ, 4 ਸਾਲ 7 ਮਹੀਨੇ ਕੈਪਟਨ ਅਮਰਿੰਦਰ ਸਿੰਘ ਜੀ ਕੁਰਸੀ 'ਤੇ ਕਾਬਜ ਰਹੇ, ਕਾਂਗਰਸ ਨੇ ਜਿਹੜੇ ਵਾਅਦੇ ਕਰੇ ਸੀ ਲੋਕਾਂ ਦੇ ਨਾਲ ਉਹ ਕੋਰੇ ਝੂਠ ਸਾਬਤ ਹੋਏ। ਚਾਹੇ ਉਹ ਪਵਿੱਤਰ ਗੁਟਕਾ ਸਾਹਿਬ ਨੂੰ ਹੱਥ ਵਿੱਚ ਚੱਕ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲ ਹੱਥ ਕਰਕੇ 4 ਹਫ਼ਤਿਆਂ 'ਚ ਨਸ਼ਾ ਖਤਮ ਕਰਨ ਦਾ ਸੀ, ਚਾਹੇ ਘਰ ਘਰ ਨੌਕਰੀ ਦਾ ਸੀ, ਚਾਹੇ ਨੌਜਵਾਨਾਂ ਨੂੰ ਸਮਾਰਟਫੋਨ ਦਾ ਸੀ, ਚਾਹੇ ਬੁਢਾਪਾ ਪੈਨਸ਼ਨ 2000 ਕਰਨ ਦਾ ਸੀ, ਚਾਹੇ ਗਰੀਬ ਬੱਚਿਆਂ ਦੀ ਸਗਨ ਸਕੀਮ 51,000 ਕਰਨ ਦਾ ਸੀ, ਚਾਹੇ ਜਿਹੜੇ ਸੀਗੇ ਆੜ੍ਹਤੀਆਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਜਿਹੜਾ ਕਰਜ਼ਾ ਸੀ ਉਹ ਮਾਫ਼ ਕਰਨ ਦਾ ਸੀ, ਕੁਛ ਮਾਫ਼ ਨਹੀਂ ਹੋਇਆ ਜੀ। ਗਿਣੀ ਮਿੱਥੀ ਇੱਕ ਪਲਾਨਿੰਗ ਦੇ ਤਹਿਤ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕਰਤਾ ਅਤੇ ਉਦੋਂ ਬਾਅਦ ਚਰਨਜੀਤ ਸਿੰਘ ਚੰਨੀ ਜੀ ਨੂੰ ਲਿਆਏ। ਚਰਨਜੀਤ ਸਿੰਘ ਚੰਨੀ ਜੀ ਦੀ ਗੱਲ ਆ ਨਾ ਜਿਹੜੀ, ਜਿਹੜੇ ਹਿਸਾਬ ਦੀਆਂ ਉਹ ਗੱਲਾਂ ਕਰਦੇ ਨੇ ਮੈਨੂੰ ਇਹ ਲੱਗਦਾ ਹੁੰਦਾ ਵੀ ਉਹ ਕਿਤੇ ਦੂਜੇ ਗ੍ਰਹਿ ਤੋਂ ਆਏ ਹੋਏ ਨੇ। ਅੱਛਾ, ਜਦੋਂ ਕੈਬਨਿਟ ਦੇ ਵਿੱਚ ਸੀ ਤਾਂ ਸੇਮ ਮੁੱਦੇ ਉਹੀ ਸੀ ਨਾ ਉਦੋਂ ਵੀ, ਅਤੇ ਮੁੱਦੇ ਅੱਜ ਵੀ ਉਹੀ ਨੇ। ਚੰਨੀ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਹੋਲਡਿੰਗ ਲਾ ਕੇ ਕਦੇ ਕੰਮ ਨਹੀਂ ਹੁੰਦੇ ਜੀ, ਹਲਕੇ ਭਦੌੜ ਦੇ ਵਿੱਚ ਆ ਕੇ ਤੁਸੀਂ ਦੇਖੋ ਕਿ ਲੋਕਾਂ ਦੀਆਂ ਮੁਸ਼ਕਲਾਂ ਕੀ ਨੇ। ਰੋਡ ਰੂਲਰ ਚਲਾਉਣ ਦੇ ਲਈ ਨਹੀਂ ਦਿੱਤਾ ਸੀ ਉਹਨਾਂ ਨੂੰ, ਪੰਜਾਬ ਚਲਾਉਣ ਦੇ ਲਈ ਦਿੱਤਾ। ਤੁਸੀਂ ਦੇਖਿਆ ਹੋਣਾ 4 ਦਿਨ ਪਹਿਲਾਂ ਰੋਡ ਰੂਲਰ ਰਹੀ ਫਿਰਦੇ ਸੀ। ਜਿਹੜੀਆਂ ਉਹ ਗੱਲਾਂ ਕਰਦੇ ਨੇ ਉਹ ਤਾਂ ਅਸੀਂ ਵੀ ਜਾਣਦੇ ਹਾਂ, ਕਿਉਂਕਿ ਅਸੀਂ ਪਿੰਡਾਂ ਦੇ ਵਿੱਚ ਉੱਠੇ ਹਾਂ, ਸਾਨੂੰ ਵੀ ਪੱਠੇ ਵੱਢਣੇ ਆਉਂਦੇ ਆ, ਦੌਣਾ ਪਾਉਣੀਆਂ ਸਾਨੂੰ ਵੀ ਆਉਂਦੀਆਂ, ਅਤੇ ਉਹ ਗੱਲਾਂ ਪਤਾ ਨਹੀਂ ਕਿਹੜੀਆਂ ਕਰਦੇ ਨੇ। ਅਤੇ ਦੂਜੀ ਗੱਲ, ਇੱਕ ਹੋਰ ਜਿਹੜੀ ਖਾਸੀਅਤ ਨਾ ਮੈਂ ਤਾਂ ਉਹ ਦੱਸਣਾ ਚਾਹੂੰਗਾ ਚਰਨਜੀਤ ਸਿੰਘ ਚੰਨੀ ਜੀ ਦੀ। ਤੁਹਾਨੂੰ ਪਤਾ ਹੋਣਾ ਕਿ ਵਿਦੇਸ਼ਾਂ ਦੇ ਵਿੱਚ ਜਿਹੜੀ ਇੱਕ ਇਨਸਾਨ ਵਰਗੀ ਮਸ਼ੀਨ ਬਣਾਉਣ ਦੀ ਜਿਹੜੀਆਂ ਖੋਜਾਂ ਬੜੇ ਲੰਮੇ ਟਾਈਮ ਤੋਂ ਚੱਲ ਰਹੀਆਂ, ਰੋਬੋਟ ਬਣਾਉਣ ਦੀਆਂ, ਚੀਨ, ਅਮੈਰੀਕਾ, ਜਪਾਨ ਵਰਗੇ ਦੇਸ਼ ਮਤਲਬ 50-60 ਸਾਲਾਂ ਤੋਂ ਲੱਗੇ ਪਏ ਨੇ ਰੋਬੋਟ ਬਣਾਉਣ ਦੇ ਲਈ, ਪਰ ਉਹ ਪੂਰੀ ਤਰ੍ਹਾਂ ਹਾਲੇ ਕਾਮਯਾਬ ਨਹੀਂ ਹੋ ਪਾਏ। ਅਤੇ ਮੈਂ ਕਾਂਗਰਸ ਨੂੰ ਵਧਾਈ ਦੇਣਾ ਚਾਹੁੰਦਾ ਕਿ ਕਾਂਗਰਸ ਨੇ ਇੱਕ ਇਸ ਤਰ੍ਹਾਂ ਦਾ ਰੋਬੋਟ ਸਿਰਫ 30-40 ਮਿੰਟਾਂ 'ਚ ਬਣਾਤਾ ਜਿਹੜਾ ਸਾਰੇ ਕੰਮ ਜਾਣਦਾ, ਚਰਨਜੀਤ ਸਿੰਘ ਚੰਨੀ ਦੇ ਨਾਂ 'ਤੇ। ਅਤੇ ਉਹ ਰੋਬੋਟ ਪੰਜਾਬ ਦੀਆਂ ਸੜਕਾਂ 'ਤੇ ਫਿਰਦਾ, ਕਦੇ ਰੋਡ ਰੂਲਰ ਚਲਾਉਂਦਾ, ਕਦੇ ਉਹ ਗੋਡਾ ਨੂੰ ਕਹਿੰਦਾ ਵੀ ਤੂੰ ਸੇਕਾ ਵੱਧ ਲਾਤਾ। ਚੰਨੀ ਸਾਹਿਬ ਨੂੰ ਸ਼ਾਇਦ ਇਹ ਨਹੀਂ ਪਤਾ, ਹਾਂ ਚੰਨੀ ਸਾਹਿਬ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਲੋਕ ਕਿੰਨੀ ਮੁਸ਼ਕਲ ਦੇ ਵਿੱਚ ਨੇ। ਸਿਰਫ ਇਹ ਕਹਿ ਦਿੰਦਾ ਨਾ ਲੋਕਾਂ ਦਾ ਚੰਨੀ, ਲੋਕਾਂ ਦਾ ਮੁੱਖ ਮੰਤਰੀ, ਸਾਡਾ ਚੰਨੀ, ਕੋਈ ਸਾਡਾ ਨਹੀਂ ਬਣਦਾ। ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਕਰਨ ਦੇ ਲਈ ਜ਼ਮੀਨ 'ਤੇ ਆਉਣਾ ਪੈਣਾ, ਉਹਨਾਂ ਦੇ ਕੋਲ ਕੋਈ ਇਸ ਤਰ੍ਹਾਂ ਦਾ ਰੋਡ ਪਲਾਨ ਹੀ ਨਹੀਂ ਹੈਗਾ ਕਿ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਸੌਖੀ ਕੀਤੀ ਜਾਵੇ। ਅਤੇ ਜਿੱਦਾਂ ਆਪਾਂ ਗੱਲ ਕਰੀਏ ਵੀ ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ ਦੇ ਉੱਤੇ ਪਹਿਲਾਂ ਵੀ ਮਤਲਬ ਇੱਦਾਂ ਦੇ ਆਰੋਪ ਲੱਗੇ ਨੇ ਕਿ ਜਿਹੜੀਆਂ ਟਿਕਟਾਂ ਨੇਗੀਆਂ ਉਹ ਕਰੋੜਾਂ ਕਰੋੜਾਂ ਦੇ ਵਿੱਚ ਵਿਕਦੀਆਂ ਨੇਗੀਆਂ, ਅਤੇ ਮਤਲਬ ਵੀ ਦਿਖਾਵੇ ਵਾਸਤੇ ਕੁਛ ਹੋਰ ਦਿਖਾਉਂਦੇ ਨੇਗੇ। ਦੇਖੋ ਜੀ, ਤੁਸੀਂ ਅੱਜ ਮੇਰੇ ਘਰ ਆਏ ਹੋ, ਮੇਰੇ ਘਰ ਨੂੰ ਦੇਖ ਕੇ ਲੱਗਦਾ ਵੀ ਮੈਂ ਕਿਸੇ ਨੂੰ ਕਰੋੜ ਰੁਪਇਆ ਦੇ ਸਕਦਾ। 2013 ਤੋਂ ਆਮ ਆਦਮੀ ਪਾਰਟੀ ਦੇ ਨਾਲ ਇੱਕ ਸੋਚ ਲੈ ਕੇ ਚੱਲੇ ਸੀ, ਸਾਡੀ ਕੋਈ ਬਾਹਲੀ ਵੱਡੀ ਸੋਚ ਨਹੀਂ ਹੁੰਦੀ ਜਿਹੜੇ ਘਰਾਂ ਦੇ ਵਿੱਚੋਂ ਮੈਂ ਉੱਠ ਕੇ ਆਇਆ। 2013 ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਵਿੱਚ ਆਈ, 12 ਦੇ ਵਿੱਚ ਅਸੀਂ ਟੀਵੀ 'ਚ ਸੋਸ਼ਲ ਮੀਡੀਆ 'ਚ ਦੇਖਦੇ ਹੁੰਦੇ ਸੀ ਕਿ ਇੱਕ ਬੰਦਾ ਕਰਪਸ਼ਨ ਦੇ ਖਿਲਾਫ ਆ ਜਿਹੜਾ ਉੱਠ ਰਿਹਾ, ਕਿਉਂਕਿ ਸਾਡੀ ਦਿੱਕਤ ਕੀ ਆ ਕਿ ਜੇ ਅਸੀਂ ਸਰਕਾਰੀ ਸੰਸਥਾਵਾਂ 'ਚ ਜਾਂਦੇ ਹਾਂ, ਚਾਹੇ ਉਹ ਥਾਣੇ ਆ ਚਾਹੇ ਤਹਿਸੀਲਾਂ, ਤਾਂ ਜੇਬ ਢਿੱਲੀ ਕਰਨੀ ਪੈਂਦੀ ਆ, ਅਤੇ ਸਾਡੇ ਲੋਕਾਂ ਕੋਲ ਪੈਸਾ ਵੀ ਨਹੀਂ ਹੁੰਦਾ, ਮੁਸ਼ਕਲਾਂ ਦੇ ਨਾਲ ਉਹ ਮਤਲਬ ਕਚੁੰਬਰ ਕੱਢਿਆ ਪਿਆ ਹੁੰਦਾ ਉਹਨਾਂ ਦਾ ਮੁਸ਼ਕਲਾਂ ਨੇ। ਤਾਂ ਇੱਕੋ ਚੀਜ਼ ਸੋਚ ਕੇ ਚੱਲੇ ਸੀ ਕਿ ਜੇ ਆਮ ਆਦਮੀ ਪਾਰਟੀ ਪੰਜਾਬ 'ਚ ਆਉਂਦੀ ਆ ਤਾਂ ਸ਼ਾਇਦ ਸਾਨੂੰ ਰੁਜ਼ਗਾਰ ਮਿਲ ਜੂ ਇਹਨਾਂ ਦੀ ਸਰਕਾਰ ਬਣਾਉਣ ਦੇ। ਇਸੇ ਕਰਕੇ ਅਸੀਂ ਘਰ ਘਰ ਜਾ ਕੇ ਮੇਰੇ ਪਿੰਡ ਦੇ ਵਿੱਚ ਜਾ ਕੇ ਔਰਤਾਂ ਦੇ ਮਰਦਾਂ ਦੇ ਅਸੀਂ ਪੈਰ ਫੜੇ ਕੇ ਝਾੜੂ ਨੂੰ ਵੋਟਾਂ ਪਾਓ, ਝਾੜੂ ਨੂੰ ਵੋਟਾਂ ਪਾਓ। 2013 ਦਾ ਉਹ ਸਮਾਂ ਅਤੇ ਅੱਜ ਦਾ ਸਮਾਂ ਪਾਰਟੀ 'ਚ ਲੱਗੇ ਹੋਏ ਹਾਂ, ਔਖਾ ਟਾਈਮ ਵੀ ਦੇਖਿਆ ਪਾਰਟੀ 'ਚ, ਸੌਖਾ ਟਾਈਮ ਵੀ ਦੇਖਿਆ, ਅਤੇ ਕਰੋੜਾਂ ਦੀਆਂ ਗੱਲਾਂ ਤਾਂ ਜੀ ਬਹੁਤ ਦੂਰ ਦੀ ਗੱਲ ਆ ਮੇਰੇ ਲਈ, ਮੈਂ 1 ਲੱਖ ਰੁਪਇਆ ਵੀ ਨਹੀਂ ਦੇ ਸਕਦਾ ਕਿਸੇ ਨੂੰ। ਠੀਕ ਹੈ, ਜਿਹੜੇ ਲੋਕ ਨੇ ਕਹਿੰਦੇ ਨੇ ਕਿ ਟਿਕਟਾਂ ਵਿਕਦੀਆਂ ਨੇ, ਉਹ ਰਵਾਇਤੀ ਪਾਰਟੀਆਂ 'ਚ ਕਿਤੇ ਹੁੰਦਾ ਹੋਣਾ ਜੀ ਤਾਂ ਹੀ ਲੋਕ ਕਹਿੰਦੇ ਆ, ਪਰ ਆਮ ਆਦਮੀ ਪਾਰਟੀ 'ਚ ਜਦੋਂ ਤੋਂ ਮੈਂ ਪਾਰਟੀ ਪੰਜਾਬ 'ਚ ਆਈ ਆ ਉਦੋਂ ਤੋਂ ਹੀ ਮੈਂ ਪਾਰਟੀ ਨਾਲ ਚੱਲਿਆ ਹੋਇਆ, ਅੱਜ ਤਾਈਂ ਪਾਰਟੀ ਨੇ ਨਾ ਤਾਂ ਮੈਥੋਂ ਕਦੇ ਪੈਸਾ ਮੰਗਿਆ ਅਤੇ ਨਾ ਹੀ ਮੇਰੇ ਕੋਲ ਕੁਛ ਦੇਣ ਨੂੰ ਉਹਨਾਂ ਨੂੰ ਹੈਗਾ। ਮੇਰੀ ਜੇ ਗੱਲ ਕਰੀਏ ਮੇਰੇ ਵਰਗੇ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਇੱਥੋਂ ਤਾਈਂ ਪਹੁੰਚਣਾ ਇੱਕ ਬਹੁਤ ਵੱਡੀ ਗੱਲ ਆ, ਮੇਰੇ ਹਲਕੇ ਦੇ ਲੋਕਾਂ ਦਾ, ਮੇਰੇ ਵਲੰਟੀਅਰ ਭਰਾਵਾਂ ਦਾ, ਮੇਰੇ ਅਹੁਦੇਦਾਰ ਸਾਥੀਆਂ ਦਾ, ਮੇਰੇ ਵਰਕਰ ਭਰਾਵਾਂ ਦਾ,
ਮੈਨੂੰ ਮਤਲਬ ਇੰਨਾ ਸਾਥ ਹੈ ਕਿ ਮੈਂ ਸਿਰਫ ਚਿਹਰਾ ਉਹਨਾਂ ਨੇ ਧੱਕ ਕੇ ਮੈਨੂੰ ਅੱਗੇ ਕਰਤਾ ਕਿਉਂਕਿ ਮੇਰੀ ਕੋਈ ਔਕਾਤ ਨਹੀਂ ਨਾ ਮੇਰੇ ਪਰਿਵਾਰ ਨੂੰ ਨੇ ਕਦੇ ਕੋਈ ਰਾਜਨੀਤਿਕ ਪਿਛੋਕੜ ਹੈ ਇਹ ਦੂਜੀਆਂ ਪਾਰਟੀਆਂ 'ਚ ਹੁੰਦਾ ਹੋਣਾ ਜੀ ਕਿ ਟਿਕਟਾਂ ਵਿਕਦੀਆਂ ਨੇ ਪਰ ਮੈਨੂੰ ਮੇਰੇ ਨਾਲ ਖੁਦ ਨਾਲ ਹੋਇਆ ਆਮ ਆਦਮੀ ਪਾਰਟੀ ਨੇ ਨਾ ਤਾਂ ਪਾਰਟੀ ਨੂੰ ਮੈਂ ਕੋਈ ਪੈਸਾ ਦਿੱਤਾ ਅਤੇ ਨਾ ਮੇਰੀ ਔਕਾਤ ਆ ਕਿ ਮੈਂ ਕੋਈ ਪੈਸਾ ਪਾਰਟੀ ਨੂੰ ਦੇ ਸਕਾਂ ਅਤੇ ਇੱਕ ਜੇ ਆਪਾਂ ਗੱਲ ਕਰੀਏ ਵੀ ਇਹ ਗੱਲ ਹੋਰ ਸਾਹਮਣੇ ਆਉਂਦੀ ਹੈਗੀ ਵੀ ਪਾਰਟੀ ਹੈਗੀ ਜਿਹੜੀ ਕਿਸੇ ਵੀ ਬੰਦੇ ਨੂੰ ਟਿਕਟ ਦੇ ਦਿੰਦੀ ਹੈ ਵੀ ਜਿਹਦਾ ਰਾਜਨੀਤੀ ਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ ਚਾਹੇ ਆਪਾਂ ਕਹਿ ਦਈਏ ਵੀ ਇੱਕ ਬੰਦੇ ਨੇ ਸਰਪੰਚੀ ਵੀ ਨਹੀਂ ਕੀਤੀ ਹੁੰਦੀ ਵੀ ਉਹਨੂੰ ਟਿਕਟ ਦੇ ਦਿੰਦੀ ਹੈਗੀ ਵੀ ਜਿਹੜਾ ਬੰਦਾ ਆਪਾਂ ਕਹਿ ਦਈਏ ਵੀ ਰਾਜਨੀਤਿਕ ਦੇ ਨਾਲ ਸੰਬੰਧ ਨਹੀਂ ਰੱਖਦਾ ਵੀ ਕੰਮ ਨਹੀਂ ਕਰ ਸਕਦਾ ਦੇਖੋ ਜੀ ਮਾਂ ਦੇ ਪੇਟ ਦੇ ਵਿੱਚੋਂ ਕੋਈ ਵੀ ਬੰਦਾ ਕੁਛ ਵੀ ਸਿੱਖ ਕੇ ਨਹੀਂ ਆਉਂਦਾ ਇਸ ਦੁਨੀਆਂ ਦੇ ਵਿੱਚ ਜਦੋਂ ਵਿਚਰਦੇ ਹਾਂ ਤਾਂ ਸਾਰਾ ਕੁਛ ਇੱਥੋਂ ਹੀ ਸਿੱਖਣ ਨੂੰ ਮਿਲਦਾ ਸਾਡਾ ਵੀ ਕੋਈ ਰਾਜਨੀਤਿਕ ਪਿਛੋਕੜ ਨਹੀਂ ਮੇਰੇ ਪਿਓ ਨੇ ਮੇਰੇ ਦਾਦੇ ਨੇ ਕਦੇ ਜਿਹੜੀ ਹੈਗੀ ਉਹ ਮੈਂਬਰੀ ਦੀ ਜਿਹੜੀ ਚੋਣ ਆ ਉਹ ਵੀ ਨਹੀਂ ਲੜੀ ਅਤੇ ਪਰ ਜਿੱਥੋਂ ਤੱਕ ਸਰਪੰਚ ਦੀ ਗੱਲ ਆ ਅਸੀਂ 2019 ਦੇ ਵਿੱਚ ਅਸੀਂ ਖੁਦ ਪਿੰਡ ਦੇ ਲੋਕਾਂ ਦੇ ਘਰ ਘਰ ਜਾ ਕੇ ਇੱਕ ਆਵਾਜ਼ ਉਠਾਈ ਸੀ ਕਿ ਜੇ ਉੱਗੋ ਦੇ ਹਾਲਾਤ ਸੁਧਾਰਨੇ ਆ ਤਾਂ ਆਪਾਂ ਨੂੰ ਇੱਕ ਚੰਗਾ ਨੁਮਾਇੰਦਾ ਚੁਣਨਾ ਪੈਣਾ ਅਤੇ ਉਹਦੇ 'ਚ ਅਸੀਂ 400 ਵੋਟਾਂ ਨਾਲ ਅਸੀਂ ਆਪਦਾ ਸਰਪੰਚ ਵੀ ਬਣਾਇਆ ਸੋ ਸਾਡੇ ਕੋਲ ਆਵਾਜ਼ ਆ ਜੀ ਲੋਕਾਂ ਦੀ ਮੈਂ ਹਰ ਰੋਜ਼ ਉਹਨਾਂ ਮੁਸ਼ਕਲਾਂ ਦੇ ਵਿੱਚੋਂ ਵਿਚਰਦਾ ਜਿਹੜੀਆਂ ਮੁਸ਼ਕਲਾਂ ਦੇ ਵਿੱਚੋਂ ਪੂਰਾ ਹਲਕਾ ਭਦੌੜ ਅਤੇ ਪੂਰਾ ਪੰਜਾਬ ਵਿਚਰਦਾ ਠੀਕ ਹੈ ਜੀ ਇਹ ਰਵਾਇਤੀ ਪਾਰਟੀਆਂ ਦੇ ਲੀਡਰ ਨੇ ਪਹਿਲਾਂ ਸਾਡੇ ਜਿਹੜੇ ਦਾਦੇ ਸੀ ਉਹ ਬਾਦਲ ਸਾਹਿਬ ਦੇ ਅੱਗੇ ਹੱਥ ਬੰਨ ਕੇ ਖੜ੍ਹੇ ਰਹਿੰਦੇ ਸੀ ਬੁੱਤ ਬਣ ਕੇ ਫਿਰ ਸਾਡੇ ਪਿਓ ਕਾਂਗਰਸ ਜਾਂ ਸੁਖਬੀਰ ਬਾਦਲ ਵਰਗਿਆਂ ਦੇ ਅੱਗੇ ਖੜ੍ਹੇ ਰਹਿੰਦੇ ਸੀ ਅਤੇ ਹੁਣ ਤੀਜਾ ਬਾਦਲ ਜਿਹੜਾ ਉਹਨੂੰ ਤਿਆਰ ਆ ਤੁਸੀਂ ਫੋਟੋਆਂ ਸੋਸ਼ਲ ਮੀਡੀਆ 'ਤੇ ਦੇਖ ਲਈਆਂ ਹੋਣੀਆਂ ਵੀ ਸਾਡੇ ਬੱਚੇ ਜਾਂ ਅਸੀਂ ਉਹਨਾਂ ਦੇ ਮੂਹਰੇ ਉਸੇ ਤਰ੍ਹਾਂ ਹੱਥ ਬੰਨ ਕੇ ਖੜ੍ਹੇ ਰਵਾਂਗੇ ਕਿ ਉਹੀ ਲੋਕ ਲੀਡਰੀ ਕਰਨਾ ਜਾਣਦੇ ਆ ਜਾਂ ਉਹੀ ਲੋਕ ਸੱਤਾ 'ਤੇ ਕਾਬਜ਼ ਹੋਣਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੇ ਇਸ ਵਾਰੀ ਪੂਰਾ ਮਨ ਬਣਾ ਲਿਆ ਕਿ ਆਮ ਘਰਾਂ ਦੇ ਵਿੱਚੋਂ ਉੱਠ ਕੇ ਜਿਹੜੇ ਬੱਚੇ ਆਉਣਗੇ ਉਹਨਾਂ ਨੂੰ ਅੱਗੇ ਵਧਾਉਣਾ ਕਿਉਂਕਿ ਉਹਨਾਂ ਨੂੰ ਤਾਂ ਲੁੱਟਣ ਦੀ ਜਾਂਚ ਹੋਈ ਵੀ ਆ ਜਦੋਂ ਤੋਂ ਆਜ਼ਾਦੀ ਆਈ ਆ ਸਾਡੇ ਘਰਾਂ ਤੱਕ ਤਾਂ ਪਹੁੰਚੀ ਨਹੀਂ ਆਜ਼ਾਦੀ ਉਹ ਜਾਂ ਤਾਂ ਕੈਪਟਨ ਸਾਹਿਬ ਦੇ ਮਹਿਲਾਂ ਤੱਕ ਰਹੇਗੀ ਜਾਂ ਬਾਦਲ ਸਾਹਿਬ ਦੇ ਲੰਬੀ ਵਾਲੇ ਮਹਿਲਾਂ ਤੱਕ ਰਹੇਗੀ ਅਤੇ ਅਸੀਂ ਆਜ਼ਾਦੀ ਖਿੱਚ ਕੇ ਸਾਡੇ ਇਹਨਾਂ ਵਿਹੜਿਆਂ ਦੇ ਵਿੱਚ ਲੈ ਕੇ ਆਉਣੀ ਆ ਸਾਡੇ ਉਹਨਾਂ ਲੋਕਾਂ ਦੇ ਉਹਨਾਂ ਗਰੀਬ ਭਰਾਵਾਂ ਦੇ ਚੁੱਲ੍ਹਿਆਂ ਤੱਕ ਲੈ ਕੇ ਆਉਣੀ ਆ ਜਿਨ੍ਹਾਂ ਨੂੰ 250 ਰੁਪਇਆ 300 ਰੁਪਇਆ ਦਿਹਾੜੀ ਕਮਾ ਕੇ ਜ਼ਿੰਦਗੀ ਕੱਢਣਾ ਬਹੁਤ ਔਖੀ ਆ ਅਤੇ ਜੇ ਸਾਡੇ ਵਰਗੇ ਨਵੇਂ ਲੋਕ ਰਾਜਨੀਤੀ 'ਚ ਆਉਣਗੇ ਤਾਂ ਉਹ ਜੇ ਬਾਹਲਾ ਸੁਧਾਰ ਨਹੀਂ ਨਾ ਕਰ ਸਕਾਂਗੇ 100% ਪਹਿਲੀ ਵਾਰ 'ਚ ਤਾਂ ਇੱਕ ਯਕੀਨ ਮੰਨ ਕੇ ਚੱਲਿਓ ਕਿ ਇਹਨਾਂ ਨੂੰ ਲੁੱਟਾਂਗੇ ਨਹੀਂ ਇਸੇ ਕਰਕੇ ਸਾਡੇ ਵਰਗੇ ਲੋਕਾਂ ਨੂੰ ਪੰਜਾਬ ਦੇ ਜਿੰਨੇ ਵੀ ਜਿਵੇਂ ਨਰਿੰਦਰ ਕੌਰ ਭਰਾਜ ਹੋ ਗਈ ਅੰਮ੍ਰਿਤਪਾਲ ਹੋ ਗਿਆ ਬਾਘੇ ਪੁਰਾਣੇ ਤੋਂ ਮੁੰਡਾ ਸਹਿਰੀ ਕਲਸੀ ਹੋ ਗਿਆ ਜਾਂ ਕੁਲਵੰਤ ਬਾਜੀਗਰ ਹੋ ਗਿਆ ਹੋਰ ਜਿਹੜੇ ਨਵੇਂ ਮੁੰਡੇ ਨੇ ਜਿਨ੍ਹਾਂ ਦਾ ਕੋਈ ਰਾਜਨੀਤਿਕ ਪਿਛੋਕੜ ਨਹੀਂ ਆਮ ਆਦਮੀ ਪਾਰਟੀ ਉਹਨਾਂ ਨੂੰ ਅੱਗੇ ਲੈ ਕੇ ਆਈ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਸਾਡਾ ਸਾਥ ਦੇ ਕੇ ਜਿਹੜਾ ਰਾਜਨੀਤੀ ਦੇ ਵਿੱਚ ਇੱਕ ਮੀਲ ਪੱਥਰ ਸਾਬਤ ਕਰਨਾ ਚਾਹੀਦਾ ਕਿ ਇਹਨਾਂ ਨੌਜਵਾਨਾਂ ਨੇ ਪੰਜਾਬ ਦੀ ਆਵਾਜ਼ ਉਠਾਈ ਆ ਅਤੇ ਅਸੀਂ ਜਿਹੜੇ ਇਹ ਕੰਮ ਨੇ ਲੋਕਾਂ ਦੇ ਉਹ ਕਰਦੇ ਰਹਾਂਗੇ ਅਤੇ ਇੱਕ ਜਿਵੇਂ ਪਿਛਲੀ ਵਾਰੀ ਕੀ ਹੋਇਆ ਸੀਗਾ ਚੋਣਾਂ ਦੇ ਵਿੱਚ ਇਸ ਭਦੌੜ ਹਲਕੇ ਦੀ ਜੇ ਆਪਾਂ ਗੱਲ ਕਰੀਏ ਪਿਰਮਲ ਸਿੰਘ ਧੌਲਾ ਨੂੰ ਬੜੇ ਮਾਣ ਦੇ ਨਾਲ ਲੋਕਾਂ ਨੇ ਜਿਤਾਇਆ ਸੀਗਾ ਅਤੇ ਉਸ ਤੋਂ ਬਾਅਦ ਉਹਨਾਂ ਨੇ ਜਾ ਕੇ ਆਪਾਂ ਕਹਿ ਦਈਏ ਵੀ ਕੈਪਟਨ ਸਾਹਿਬ ਦੀ ਬੁੱਕਲ ਦੇ ਵਿੱਚ ਚਲੇ ਗਏ ਉਸ ਚੀਜ਼ ਦਾ ਕਰਕੇ ਹੁਣ ਤੁਹਾਨੂੰ ਆਪਣੀ ਕੰਪੇਨ ਦੇ ਵਿੱਚ ਦਿੱਕਤ ਕੋਈ ਆ ਰਹੀ ਆ? ਦੇਖੋ ਜੀ ਹਲਕੇ ਭਦੌੜ ਦੇ ਜਿਹੜੇ ਲੋਕਾਂ ਦਾ ਸਾਥ ਆ ਬਹੁਤ ਬਣਿਆ ਹੋਇਆ ਪਾਰਟੀ ਉਸੇ ਥਾਂ ਹੀ ਖੜ੍ਹੀ ਆ ਅਸੀਂ ਉਸੇ ਥਾਂ ਖੜ੍ਹੇ ਹਾਂ ਸਾਡੇ ਵਲੰਟੀਅਰ ਵਰਕਰ ਆਗੂ ਤਕਰੀਬਨ ਸਾਰੇ ਉੱਥੇ ਖੜ੍ਹੇ ਨੇ 2016 ਦੇ ਅੱਧ 'ਚ ਇੱਕ ਬੰਦਾ ਹਲਕੇ ਤੋਂ ਬਾਹਰੋਂ ਸੰਗਰੂਰ ਤੋਂ ਆ ਕੇ ਇੱਥੇ ਇਲੈਕਸ਼ਨ ਲੜਦਾ ਅਸੀਂ ਪਾਰਟੀ ਦਾ ਹੁਕਮ ਮੰਨ ਕੇ ਸਾਥ ਦਿੱਤਾ ਜਿੱਤ ਗਏ ਉਹ ਫਿਰ ਚਲੇ ਗਏ ਠੀਕ ਆ ਜੀ ਉਹ ਆਏ ਚਲੇ ਗਏ ਉਹਦਾ ਸਾਡੇ 'ਤੇ ਕੋਈ ਪ੍ਰਭਾਵ ਨਹੀਂ ਕਿਉਂਕਿ ਸਾਡੇ ਹਲਕੇ ਦੇ ਵਿੱਚ ਵੋਟ ਸਟਰੈਂਥ ਆ ਜਿਹੜੀ ਜਾਂ ਵਲੰਟੀਅਰਾਂ ਦੀ ਜਿਹੜੀ ਸਾਡੀ ਟੀਮ ਆ ਉਸੇ ਤਰ੍ਹਾਂ ਐਜ਼ ਇਟ ਖੜ੍ਹੀ ਆ ਜਿਵੇਂ ਅਸੀਂ 2013 ਦੇ ਆਖਰੀ ਮਹੀਨਿਆਂ ਦੇ ਵਿੱਚ ਚੱਲੇ ਸੀ ਸੋ ਐਡਾ ਕੋਈ ਪ੍ਰਭਾਵ ਨਹੀਂ ਹੈਗਾ ਕਿਉਂਕਿ ਪਿੰਡਾਂ 'ਚ ਜਾਂਦੇ ਲੋਕ ਹਾਂ ਆਪਦੇ ਸਾਡੇ ਵੋਟਰ ਨੇ ਆਪਦੇ ਜਿਹੜੇ ਸਾਡੇ ਲੋਕ ਨੇ ਉਹ ਤਾਨਾ ਜਾਗਰਾਂ ਜ਼ਰੂਰ ਮਾਰਦੇ ਆ ਕਿ ਯਾਰ ਉਹ ਬਦਲ ਗਿਆ ਹਨਾ ਵੀ ਉਵੇਂ ਨਾ ਕਰੋ ਪਰ ਇੱਕ ਚੀਜ਼ ਮੇਰੇ ਹਲਕੇ ਦੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਜਿਹੜਾ ਦਾਗ ਸਾਡੇ ਹਲਕੇ 'ਤੇ ਲੱਗਿਆ ਉਹਨੂੰ ਧੋਣਾ ਮੇਰੀ ਜ਼ਿੰਮੇਵਾਰੀ ਹੈ ਕਿਉਂਕਿ ਮੈਂ ਇਹਨਾਂ ਦੇ ਭਰਾਵਾਂ ਵਰਗਾਂ ਹਲਕੇ ਦੇ ਲੋਕਾਂ ਦੇ ਇਹਨਾਂ ਦੇ ਪੁੱਤਾਂ ਵਰਗਾ ਉਹਨਾਂ ਦਾ ਪੋਤੀ ਹਾਂ ਅਤੇ ਉਹ ਦਾਗ ਧੋਣਾ ਮੇਰੀ ਜ਼ਿੰਮੇਵਾਰੀ ਹੈ ਜਿਹੜਾ ਕਿ ਜਿਹੜੇ ਸਾਡੇ ਪਿਛਲੇ ਵਿਧਾਇਕ ਸੀ ਉਹ ਲਾ ਕੇ ਗਿਆ ਉਹ ਦਾਗ ਧੋਣਾ ਮੇਰੀ ਜ਼ਿੰਮੇਵਾਰੀ ਹੈ ਅਤੇ ਉਹਦੇ ਲਈ ਕੰਮ ਕਰਾਂਗੇ ਅਤੇ ਮੇਰੇ ਹਲਕੇ ਭਦੌੜ ਦੇ ਲੋਕਾਂ ਨੂੰ ਚੀਜ਼ ਸਾਬਤ ਕਰਕੇ ਦਿਖਾਵਾਂਗੇ ਕਿ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਅਤੇ ਇੱਕ ਮੈਂ ਤੁਹਾਡੇ ਤੋਂ ਹੋਰ ਗੱਲ ਪੁੱਛਣੀ ਚਾਹਾਂਗਾ ਕਿ ਜਿਵੇਂ ਹੁਣ ਐਂਡ ਦੇ ਉੱਤੇ ਕਾਂਗਰਸ ਨੇ ਇੱਕ ਵਧੀਆ ਦਾਗ ਆ ਜਿਹੜਾ ਖੇਡਿਆ ਹੈਗਾ ਵੀ ਦਲਿਤ ਮੁੱਖ ਮੰਤਰੀ ਵਾਲਾ ਕਿਉਂਕਿ ਕਾਂਗਰਸ ਕਹਿ ਰਹੀ ਹੈ ਕਿ ਅਸੀਂ ਦਲਿਤਾਂ ਦੇ ਜ਼ਿਆਦਾ ਹਮਾਇਤੀ ਹਾਂਗੇ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਕੋਈ ਇੱਦਾਂ ਦਾ ਕਲਚਰ ਹੈ? ਦੇਖੋ ਜੀ ਇਹ ਜਿਹੜੀਆਂ ਰਿਜ਼ਰਵ ਸੀਟਾਂ ਨੇ ਉਹਨਾਂ 'ਤੇ ਤਾਂ ਆਪਾਂ ਨੂੰ ਪਤਾ ਹੀ ਆ ਵੀ ਰਿਜ਼ਰਵ ਜਿਹੜੇ ਦਲਿਤ ਆ ਉਹਨਾਂ ਨੇ ਹੀ ਲੜਨਾ ਪਰ ਮੈਂ ਤੁਹਾਡੇ ਨਾਲ ਉਹੀ ਗੱਲ ਕਰਨੀ ਚਾਹੁੰਦਾ ਕਿ ਇਹ ਜਿਹੜਾ ਦਲਿਤ ਪੱਤਾ ਕਾਂਗਰਸ ਨੇ ਖੇਡਿਆ ਅਤੇ ਇਹ ਸਾਡੇ ਲੋਕਾਂ ਦੀ ਜਿਹੜੀ ਆ ਵੋਟ ਬੈਂਕ ਨੂੰ ਪ੍ਰਭਾਵਿਤ ਕਰਨ ਦੇ ਲਈ ਪਰ ਮੇਰੇ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੂੰਗਾ ਕਿ ਜੇਕਰ ਤਾਂ ਚੰਨੀ ਦੇ ਆਉਣ ਦੇ ਨਾਲ ਜਾਂ ਦਲਿਤ ਮੁੱਖ ਮੰਤਰੀ ਬਣਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਰੁਜ਼ਗਾਰ
ਤੁਹਾਡੇ ਘਰ ਦੇ ਵਿੱਚ ਦੇ ਹਾਲਾਤ ਸੁਧਰ ਗਏ, ਤੁਹਾਡੇ ਬੱਚਿਆਂ ਨੂੰ ਚੰਗੀ ਪੜ੍ਹਾਈ ਮਿਲ ਰਹੀ ਆ, ਤੁਹਾਡੇ ਬੱਚਿਆਂ ਨੂੰ ਜਾਂ ਤੁਹਾਨੂੰ ਚੰਗੀਆਂ ਸਿਹਤ ਸਹੂਲਤਾਂ ਮਿਲ ਰਹੀਆਂ, ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋ ਗਈ, ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਗਿਆ, ਫਿਰ ਤਾਂ ਸਾਨੂੰ ਇਹ ਚੀਕਣ ਦੀ ਲੋੜ ਆ ਕਿ ਸਾਡਾ ਮੁੱਖ ਮੰਤਰੀ ਲੋਕਾਂ ਦਾ ਚੰਨੀ, ਦਲਿਤਾਂ ਦਾ ਚੰਨੀ, ਫਿਰ ਤਾਂ ਤੁਸੀਂ ਉਸ ਚੀਜ਼ 'ਤੇ ਪਹਿਰਾ ਦਿਓ। ਪਰ ਪੰਜਾਬ ਦੇ ਲੋਕਾਂ ਨੂੰ ਇਹੀ ਅਪੀਲ ਆ ਕਿ ਇਹ ਜਿਹੜੇ ਚਿਹਰੇ ਨੇ ਇਹਨਾਂ ਦੇ ਪਿੱਛੇ ਵੱਡੇ ਵੱਡੇ ਨਕਾਬ ਨੇ। ਜਿਹੜਾ ਬੰਦੇ ਦਾ ਜਿਹੜੇ ਬੰਦੇ ਦਾ ਮੁੰਡਾ ਕਰੋੜਾਂ ਰੁਪਈਆਂ ਦੀ ਗੱਡੀ ਚਲਾਉਂਦਾ, ਉਹਦੇ ਕੋਲ ਦਲਿਤ ਦਾ ਸਰਟੀਫਿਕੇਟ ਤਾਂ ਹੋ ਸਕਦਾ ਪਰ ਉਹ ਕਦੇ ਦਲਿਤ ਨਹੀਂ ਹੋ ਸਕਦਾ ਜੀ। ਠੀਕ ਹੈ ਜੀ, ਸਰਟੀਫਿਕੇਟਾਂ ਦੇ ਵਿੱਚ ਤਾਂ ਹੋ ਸਕਦਾ ਕਿ ਉਹ ਦਲਿਤ ਹੋਣ, ਪਰ 15 ਕਰੋੜ ਦੀ ਉਹਨਾਂ ਨੇ ਵਾਈਟ ਮਨੀ ਦਿਖਾਈ ਆ ਅਤੇ ਦੂਜੇ ਪਾਸੇ ਕਿੰਨੀ ਕੁ ਹੋਊਗੀ ਇਹ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ। ਠੀਕ ਹੈ ਜੀ, ਕਿਉਂਕਿ ਜਵਾਨੀ ਦੇ ਵਿੱਚ ਜਿਹੜਾ ਬੰਦਾ ਇੱਕ ਆਪਣੇ ਪੈਟਰੋਲ ਪੰਪ ਦਾ ਮਾਲਕ ਸੀ, ਉਹ ਕਦੇ ਦਲਿਤ ਕਿੱਥੇ ਹੋ ਸਕਦਾ? ਹਾਂ, ਠੱਪੇ ਜ਼ਰੂਰ ਆ, ਚਾਹੇ ਦਲਿਤਾਂ ਦੇ ਲਵਾ ਲਓ, ਚਾਹੇ ਜਰਨਲ ਦੇ ਲਵਾ ਲਓ, ਪਰ ਪੰਜਾਬ ਦੇ ਹਾਲਾਤ ਬਦਲਣ ਦੇ ਲਈ ਸਾਨੂੰ ਇਹ ਨਹੀਂ ਦੇਖਣਾ ਪੈਣਾ ਜਾਂ ਦਲਿਤ ਆ ਮੁੱਖ ਮੰਤਰੀ ਜਾਂ ਜਰਨਲ ਮੁੱਖ ਮੰਤਰੀ ਆ। ਜਿਹੜਾ ਇਨਸਾਨ ਪੰਜਾਬ ਦਾ ਭਲਾ ਚਾਹੁੰਦਾ, ਜਿਹੜਾ ਇਨਸਾਨ ਪੰਜਾਬ ਦਾ ਭਲਾ ਕਰ ਸਕਦਾ, ਪੰਜਾਬ ਦੀ ਸੱਤਾ 'ਤੇ ਉਹਨੂੰ ਕਾਬਜ਼ ਕਰੋ, ਅਤੇ ਉਹ ਇੱਕੋ ਇੱਕ ਹੈਗੀ ਆਮ ਆਦਮੀ ਪਾਰਟੀ ਆ, ਕਿਉਂਕਿ ਝਾੜੂ ਦੇ ਨਾਲ ਸਫਾਈ ਹੁੰਦੀ ਆ। 2017 'ਚ ਬੇਸ਼ੱਕ ਅਸੀਂ ਖੁੰਝ ਗਏ, ਪਰ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਮੇਰੀ ਹੱਥ ਬੰਨ੍ਹ ਕੇ ਅਪੀਲ ਆ ਕਿ ਐਤਕੀ ਵਾਰੀ 5 ਸਾਲ ਦਿਓ, ਅਤੇ 5 ਸਾਲਾਂ ਦੇ ਵਿੱਚ ਪੰਜਾਬ ਦੇ ਹਾਲਾਤ ਬਦਲ ਕੇ ਤੁਹਾਡੇ ਇਹ ਪੁੱਤ ਤੁਹਾਡੇ ਭਰਾ ਦਿਖਾਉਣਗੇ। ਕਿਉਂਕਿ ਇਹਨਾਂ ਮੁਸ਼ਕਲਾਂ ਦੇ ਨਾਲ ਅਸੀਂ ਹਰ ਰੋਜ਼ 2-2 ਹੱਥ ਹੁੰਦੇ ਹਾਂ, ਅਤੇ ਇਹਨਾਂ ਮੁਸ਼ਕਲਾਂ ਦੇ ਵਿੱਚੋਂ ਵਿਚਰ ਕੇ ਹੀ ਅੱਜ ਇੱਥੋਂ ਤੱਕ ਪਹੁੰਚੇ। ਅਤੇ ਇੱਕ ਗੱਲ ਮੈਂ ਤੁਹਾਡੇ ਤੋਂ ਹੋਰ ਜਾਣਨੀ ਹੈ ਕਿ ਜਿਵੇਂ ਆਪਾਂ ਕਹਿ ਦਈਏ ਵੀ ਪੰਜਾਬ ਦੇ ਵਿੱਚ ਹੁਣ ਜਿਹੜੀ ਅੱਜ ਦੀ ਰਾਜਨੀਤੀ ਹੈਗੀ, ਕਿਸੇ ਵੀ ਪਾਸੇ ਟੱਕਰ ਲੈਣ ਦੇ ਵਾਸਤੇ ਬਹੁਤ ਜ਼ਿਆਦਾ ਆਪਾਂ ਕਹਿ ਦਈਏ ਵੀ ਫਾਈਨੈਂਸ਼ੀਅਲੀ ਸਟਰੋਂਗ ਹੋਣ ਦੀ ਲੋੜ ਹੈਗੀ, ਕਿਉਂਕਿ MLA ਦੀ ਜਿਹੜੀ ਚੋਣ ਲੜਨੀ ਹੈ ਇਹਦੇ ਉੱਤੇ ਪੈਸਾ ਬਹੁਤ ਖਰਚਾ ਜਾਂਦਾ ਗਾ। ਜੀ ਜੀ ਜੀ। ਅਤੇ ਹੁਣ ਇੱਦਾਂ ਦੇ ਹਾਲਾਤ ਦੇ ਵਿੱਚੋਂ ਨਿਕਲ ਕੇ ਇਹ ਚੀਜ਼ ਸੌਖੀ ਲੱਗ ਰਹੀ ਹੈ ਜਾਂ ਕੋਈ ਮੁਸ਼ਕਲਾਂ ਆ ਰਹੀਆਂ ਨੇ ਇਸ ਚੀਜ਼ ਦੇ ਵਿੱਚ? ਦੇਖੋ ਜੀ, ਰਵਾਇਤੀ ਪਾਰਟੀਆਂ ਨੇ ਨਾ ਜਿਹੜਾ ਇਲੈਕਸ਼ਨਾਂ ਨੂੰ ਬਹੁਤ ਟਫ ਕਰਿਆ ਹੋਇਆ, ਬਹੁਤ ਟਫ ਕੀਤਾ ਹੋਇਆ, ਕਿਉਂਕਿ ਇਹਨਾਂ ਨੇ ਪੈਸਾ ਵੀ ਵੰਡਣਾ ਹੁੰਦਾ, ਇਹਨਾਂ ਨੇ ਸ਼ਰਾਬ ਵੀ ਵੰਡਣੀ ਹੁੰਦੀ ਆ, ਇਹਨਾਂ ਨੇ ਲੋਕਾਂ ਨੂੰ ਭਰਮ ਜਾਲ ਦੇ ਵਿੱਚ ਪਾ ਕੇ ਵੀ ਮਤਲਬ ਭਰਮਾਉਣਾ ਹੁੰਦਾ। ਪਰ 2013 ਤੋਂ ਅਸੀਂ ਇੱਕ ਚੀਜ਼ ਕਰ ਰਹੇ ਹਾਂ, ਲੋਕਾਂ ਨੂੰ ਸਿਰਫ ਬੇਨਤੀਆਂ ਕਰ ਰਹੇ ਹਾਂ ਕਿ ਨਾ ਤਾਂ ਸਾਡੇ ਕੋਲ ਪੈਸਾ, ਨਾ ਸਾਡੇ ਕੋਲ ਤੁਹਾਨੂੰ ਦਾਰੂ ਦੇਣ ਦੇ ਲਈ, ਅਤੇ ਨਾ ਹੀ ਅਸੀਂ ਕੋਈ ਰਜਵਾੜੇ ਘਰਾਂ ਦੇ ਵਿੱਚੋਂ ਆ ਕਿ ਤੁਹਾਨੂੰ ਅਸੀਂ ਪੈਸਾ ਵੰਡ ਦਈਏ। ਸਾਡੇ ਕੋਲ ਇੱਕ ਸੋਚ ਆ, ਇੱਕ ਜਜ਼ਬਾ, ਇੱਕ ਵਿਜ਼ਨ ਹੈ ਪੰਜਾਬ ਨੂੰ ਮੁੜ ਪੰਜਾਬ ਬਣਾਉਣ ਦਾ, ਉਹਦੇ ਲਈ ਤੁਸੀਂ ਸਾਡਾ ਸਾਥ ਦਿਓ। ਉਸੇ ਚੀਜ਼ ਲਈ ਚੱਲੇ ਹੋਏ ਹਾਂ, 74 ਪਿੰਡ ਨੇ ਮੇਰੇ ਹਲਕੇ ਦੇ, 2 ਕਸਬਿਆਂ ਨੂੰ ਲਾ ਕੇ, ਛੋਟੇ ਵੱਡੇ, ਇੰਨਾ ਕੁ ਸਾਥ ਆ ਮੇਰੇ ਹਲਕੇ ਦੇ ਲੋਕਾਂ ਦਾ ਕਿ ਬਾਘੇ ਪੁਰਾਣੇ ਰੈਲੀ ਹੋਈ ਸੀ ਅਰਵਿੰਦ ਕੇਜਰੀਵਾਲ ਜੀ ਦੀ 8 ਕੁ ਮਹੀਨੇ ਪਹਿਲਾਂ, ਪੰਜਾਬ ਦੇ ਵਿੱਚੋਂ ਜੇ ਕੋਈ ਹਲਕਾ ਇੰਚਾਰਜ, ਸੋਰੀ ਹਲਕਾ ਇੰਚਾਰਜ ਮੈਂ ਨਹੀਂ ਸੀਗਾ ਉਦੋਂ, ਜੇ ਕਿਸੇ ਹਲਕੇ ਦੇ ਵਿੱਚੋਂ ਕੱਟ ਗਿਆ ਸੀ ਤਾਂ ਉਹ ਹਲਕੇ ਭਦੌੜ ਦੇ ਵਿੱਚੋਂ ਗਿਆ ਸੀ। 43 ਬੱਸਾਂ ਅਤੇ 21 ਗੱਡੀਆਂ ਮਤਲਬ ਮੇਰੀ ਅਗਵਾਈ ਦੇ ਵਿੱਚ ਮੇਰੇ ਹਲਕੇ ਦੇ ਲੋਕ ਲੈ ਕੇ ਗਏ ਸੀ, ਜਿਨ੍ਹਾਂ ਨੂੰ ਮੈਂ 1 ਰੁਪਈਆ ਵੀ ਨਹੀਂ ਦਿੱਤਾ। ਹਰ ਇੱਕ ਪਿੰਡ ਦੇ ਵਿੱਚੋਂ ਮੈਨੂੰ ਇੰਨਾ ਕੁ ਸਾਥ ਹੈ ਕਿ ਜੋ ਉਹਨਾਂ ਨੂੰ ਮੈਂ ਹੁਣ ਕਹਾਂ ਕਿ ਆਪਾਂ ਬੱਸ ਭਰ ਕੇ ਫਲਾਨੇ ਥਾਂ ਜਾਣਾ, ਤਾਂ ਉਹ ਆਪਦੇ ਖਰਚੇ 'ਤੇ ਬੱਸਾਂ, ਆਪਦੇ 100-100, 200-200 ਰੁਪਈਆ ਪਾ ਕੇ ਉਹ ਬੱਸਾਂ ਕਰਕੇ ਮੇਰੇ ਨਾਲ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਕਿ ਯਾਰ ਸਾਡਾ ਇਹ ਭਰਾ ਸਾਡੇ ਲੋਕਾਂ ਦੀ ਗੱਲ ਕਰੂਗਾ। ਇਹਨਾਂ ਰਵਾਇਤੀ ਪਾਰਟੀਆਂ ਨੂੰ ਟੱਕਰ ਦੇਣ ਦੇ ਲਈ ਸਾਡੇ ਕੋਲ ਜਜ਼ਬਾ, ਸਾਡੇ ਕੋਲ ਜੋਸ਼ ਆ, ਸਾਡੇ ਕੋਲ ਜਨੂੰਨ ਆ। ਹਾਂ, ਪੈਸਾ ਜ਼ਰੂਰ ਆ ਵੀ ਸਾਡੇ ਕੋਲ ਹੈ ਨਹੀਂ, ਪਰ ਮੇਰੇ ਹਲਕੇ ਦੇ ਲੋਕ ਨੇ ਨਾ ਜਿਹੜੇ ਮੇਰੇ ਭਰਾ ਨੇ, ਜਿਨ੍ਹਾਂ ਦੀ ਬਦੌਲਤ ਅੱਜ ਮੈਂ ਇੱਥੇ ਖੜ੍ਹਾਂ, ਉਹ ਇਹ ਇਲੈਕਸ਼ਨ ਉਹਨਾਂ ਦੀ ਹੈ, MLA ਵੀ ਉਹੀ ਬਣਨਗੇ, ਉਹਨਾਂ ਦੇ ਕੰਮ ਹੋਣਗੇ ਬਿਨਾਂ ਕਿਸੇ ਸਿਫਾਰਿਸ਼ਾਂ ਤੋਂ, ਕਿਉਂਕਿ ਉਹਨਾਂ ਲੋਕਾਂ ਨੇ ਮੈਨੂੰ ਇੱਥੋਂ ਤੱਕ ਲੈ ਕੇ ਆਉਂਦਾ। 9 ਸਾਲ ਇੱਕ ਇਹੋ ਜਿਹੇ ਪਰਿਵਾਰ ਦੇ ਵਿੱਚੋਂ ਉੱਠ ਕੇ ਰਾਜਨੀਤੀ ਦੇ ਵਿੱਚ 9 ਸਾਲ ਲਗਾਤਾਰ ਡਟੇ ਰਹਿਣਾ, ਇਹ ਮੇਰੇ ਵਰਗੇ ਬੰਦੇ ਦੇ ਬਸ ਦੀ ਗੱਲ ਨਹੀਂ। ਜੇ ਉਹਨਾਂ ਭਰਾਵਾਂ ਨੇ ਮੇਰੇ ਮੋਢੇ ਦੇ ਨਾਲ ਮੋਢਾ ਲਾ ਕੇ, ਮੇਰੇ ਕਦਮ ਨਾਲ ਕਦਮ ਮਿਲਾ ਕੇ ਉਹ ਮੈਨੂੰ ਇੱਥੋਂ ਤੱਕ ਲੈ ਕੇ ਆਏ ਆ, ਅਤੇ ਅੱਗੇ ਵੀ ਉਹੀ ਲੈ ਕੇ ਜਾਣਗੇ। ਸੋ ਇਹਨਾਂ ਦੇ ਪੈਸੇ ਨੂੰ ਅਸੀਂ ਆਪਣੇ ਹੌਸਲੇ ਨਾਲ ਅਤੇ ਆਪਣੇ ਜਜ਼ਬੇ ਨਾਲ ਟੱਕਰ ਦੇਵਾਂਗੇ। ਸੋ ਵੀਰੋ, ਕਿਸ ਤਰ੍ਹਾਂ ਹੀ ਲੱਗੀ ਤੁਹਾਨੂੰ ਇਹ ਸਾਡੀ ਅੱਜ ਦੀ ਇੰਟਰਵਿਊ? ਅਤੇ ਬਾਈ ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਪਣੇ ਸਮੇਂ ਦੇ ਵਿੱਚੋਂ ਟਾਈਮ ਦਿੱਤਾ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜ਼ਿਆਦਾ ਲੋਕਾਂ ਤੱਕ ਬਾਈ ਦਾ ਜਿਹੜਾ ਮੈਸੇਜ ਹੈਗਾ ਉਹ ਵੀ ਚਲਾ ਜਾਵੇ। ਅਤੇ ਆਪਣਾ ਜਿਹੜਾ ਤੁਹਾਡਾ ਕਮੈਂਟ ਹੈਗਾ, ਤੁਹਾਡਾ ਕੀ ਇਸ ਚੀਜ਼ ਉੱਤੇ ਓਪੀਨੀਅਨ ਹੈਗਾ ਇਸ ਇੰਟਰਵਿਊ ਤੋਂ ਬਾਅਦ, ਇਹ ਵੀ ਜ਼ਰੂਰ ਦੱਸਿਓ ਜੀ। ਸਤਿ ਸ਼੍ਰੀ ਅਕਾਲ ਜੀ।